ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵਿਦਿਆਰਥੀਓ, ਅੱਜ ਦੀ ਵੀਡੀਓ ਵਿੱਚ ਆਪਾਂ 7ਵੀਂ ਕਲਾਸ ਦੇ ਲਈ ਪੰਜਾਬੀ ਵਿਸ਼ੇ ਦਾ ਇੱਕ ਪੇਪਰ ਸੋਲਵ ਕਰਨ ਜਾ ਰਹੇ ਹਾਂ ਜੀ, ਅਤੇ ਹੋਪ ਹੈ ਕਿ ਇਸ ਦੇ ਵਿੱਚੋਂ ਕਾਫੀ ਕੁਸ਼ਚਨ ਤੁਹਾਨੂੰ ਟਰਮ 2 ਦੇ ਜੋ ਐਗਜ਼ਾਮ ਹਨ ਉਸ ਦੇ ਵਿੱਚ ਵੀ ਆ ਜਾਣਗੇ, ਅਤੇ ਜੋ ਤੁਹਾਡੇ ਫਾਈਨਲ ਐਗਜ਼ਾਮ ਹੋਣੇ ਹਨ ਮਾਰਚ ਦੇ ਵਿੱਚ ਉਸ ਦੇ ਵਿੱਚ ਵੀ ਕਾਫੀ ਕੁਸ਼ਚਨ ਇਸ ਪੇਪਰ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੀ। ਅਤੇ ਵਿਦਿਆਰਥੀਓ, ਅੱਗੇ ਚੱਲਣ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੈ ਜੀ, ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦੇਣਾ ਹੈ, ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰਕੇ ਆਲ ਦੇ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰ ਲੈਣਾ ਹੈ ਤਾਂ ਜੋ ਮੇਰੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਅਤੇ ਆਹ ਹੁਣ ਆਪਾਂ ਇੱਕ ਇੱਕ ਕਰਕੇ ਸਾਰੇ ਹੀ ਕੁਸ਼ਚਨ ਸੋਲਵ ਕਰਦੇ ਹਾਂ ਜੀ। ਸੋ ਪਹਿਲਾਂ ਆਪਣੇ ਕੋਲ ਹੈ ਜੀ ਸੁੰਦਰ ਲਿਖਾਈ ਦੇ ਤੁਹਾਨੂੰ 5 ਅੰਕ ਮਿਲਣਗੇ, ਇਸ ਲਈ ਬਹੁਤ ਹੀ ਸੁੰਦਰ ਲਿਖਾਈ ਦੇ ਵਿੱਚ ਤੁਸੀਂ ਇਹ ਪੇਪਰ ਅਟੈਂਪਟ ਕਰਨਾ ਹੈ ਜੀ। ਅਤੇ ਦੂਸਰਾ ਕੁਸ਼ਚਨ ਹੈ ਆਪਣੇ ਕੋਲ, ਹੇਠਾਂ ਦਿੱਤੇ ਪੈਰਨ ਨੂੰ ਧਿਆਨ ਨਾਲ ਪੜ੍ਹ ਕੇ ਬਹੁ ਵਿਕਲਪੀ ਪ੍ਰਸ਼ਨਾਂ ਦੇ ਆਪਾਂ ਉੱਪਰ ਉੱਤਰ ਦੇਣੇ ਹਨ ਜੀ। ਅਤੇ ਪਹਿਲਾਂ ਤੁਸੀਂ ਇਸ ਪੈਰਾਗ੍ਰਾਫ ਨੂੰ ਪੂਰਾ ਪੜ੍ਹ ਲੈਣਾ ਹੈ, ਅਤੇ ਪੈਰਾਗ੍ਰਾਫ ਨੂੰ ਪੜ੍ਹ ਕੇ ਆਪਾਂ ਇਹਨਾਂ ਦੇ ਆਂਸਰ ਦੇਣੇ ਹਨ। ਪਹਿਲਾ ਕੁਸ਼ਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ, ਖਾਲਸਾ ਪੰਥ ਦੀ 3 ਸ਼ਤਾਬਦੀ ਦਾ ਦਿਨ ਕਿਹੜਾ ਹੈ ਜੀ? ਅਤੇ ਉਹ ਹੁੰਦਾ ਜੀ ਆਪਣੇ ਕੋਲ 13 ਅਪ੍ਰੈਲ 1999। ਅਤੇ ਇਸ ਤੋਂ ਅਗਲਾ ਕੁਸ਼ਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ, ਪਹਿਲਾਂ ਹੋ ਗਿਆ ਆਪਣੇ ਕੋਲ ਵਿਰਾਸਤੇ ਖਾਲਸਾ ਕਿੱਥੇ ਹੈ? ਅਤੇ ਇਹ ਹੈ ਜੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੈ ਜੀ। ਵਿਰਾਸਤੇ ਖਾਲਸਾ ਹਫ਼ਤੇ ਦੀ ਰੂਪ ਰੇਖਾ ਇਜ਼ਰਾਈਲ ਕਿਸ ਕਲਾ ਮਾਹਿਰ ਨੇ ਕੀਤੀ ਸੀ? ਅਤੇ ਹੈ ਜੀ ਦੇਖੋ ਮੋਸੇ ਸੇਫ ਦੀ। ਇਹ ਆਪਾਂ ਪੈਰਾਗ੍ਰਾਫ ਦੇ ਵਿੱਚੋਂ ਹੀ ਪੜ੍ਹ ਕੇ ਲਿਖ ਰਹੇ ਹਾਂ ਸਾਰਾ ਕੁਛ ਜੀ। ਅਤੇ ਵਿਰਾਸਤੇ ਖਾਲਸਾ ਤਿਆਰ ਹੋਣ ਨੂੰ ਕਿੰਨਾ ਸਮਾਂ ਲੱਗਾ ਜੀ? ਉਹ ਲੱਗਾ ਸੀ 7 ਸਾਲ ਅਤੇ 12 ਸਾਲ ਅਤੇ 7 ਮਹੀਨੇ ਜੀ। ਅਗਲਾ ਹੈ ਜੀ, ਕਿਸ ਦਿਨ ਵਿਰਾਸਤੇ ਖਾਲਸਾ ਆਮ ਲੋਕਾਂ ਨੂੰ ਸੌਂਪਿਆ ਗਿਆ? ਅਤੇ ਉਹ ਗਿਆ ਸੀ ਆਪਣੇ ਕੋਲ ਜੀ 27 ਨਵੰਬਰ 2011 ਨੂੰ ਜੀ। ਅਤੇ ਇਹ ਦੇਖੋ ਇਹੀ ਆਪਸ਼ਨ ਆ ਜਾਏਗੀ ਜੀ। ਅਤੇ ਅਗਲਾ ਕੁਸ਼ਚਨ ਦੇਖਦੇ ਹਾਂ ਜੀ, ਅਗਲੇ ਕੁਸ਼ਚਨ ਵਿੱਚ ਵੀ ਇਸ ਨੂੰ ਆਪਣੇ ਕੋਲ ਇਸੇ ਤਰ੍ਹਾਂ ਹੈ, ਪੈਰਾਗ੍ਰਾਫ ਪੜ੍ਹਨਾ ਹੈ ਜੀ, ਅਤੇ ਪੈਰਾਗ੍ਰਾਫ ਪੜ੍ਹ ਕੇ ਬਹੁ ਵਿਕਲਪੀ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। ਪਹਿਲਾਂ ਤੁਸੀਂ ਇਸ ਪੂਰੇ ਪੈਰਾਗ੍ਰਾਫ ਨੂੰ ਪੜ੍ਹ ਲੈਣਾ ਹੈ ਜੀ, ਅਤੇ ਪੈਰਾਗ੍ਰਾਫ ਨੂੰ ਪੜ੍ਹ ਕੇ ਦੇਖੋ ਆਪਾਂ ਕੁਸ਼ਚਨ ਵਿੱਚੋਂ ਆਨਸਰ ਦੇਣੇ ਹਨ ਜੀ। ਜੇਕਰ ਮਨੁੱਖ ਨੇ ਧਰਤੀ ਦਾ ਗਰਮ ਹੋਣਾ ਨਾ ਰੋਕਿਆ ਤਾਂ ਕੀ ਹੋਵੇਗਾ? ਅਤੇ ਇਸ ਨਾਲ ਹੋਵੇਗਾ ਧਰੁਵਾਂ ਦੀ ਬਰਫ਼ ਪਿਘਲਣ ਲੱਗੇਗੀ, ਸਮੁੰਦਰਾਂ ਵਿੱਚ ਪਾਣੀ ਉੱਚਾ ਹੋ ਜਾਵੇਗਾ, ਸ਼ਹਿਰ ਡੁੱਬਣ ਲੱਗਣਗੇ, ਉਪਰੋਕਤ ਸਾਰੇ। ਅਤੇ ਇਸਦਾ ਆਨਸਰ ਆ ਜਾਏਗਾ ਜੀ ਉਪਰੋਕਤ ਸਾਰੇ। ਕੀ ਲਗਾਉਣਾ ਹਰ ਕਿਸੇ ਲਈ ਸੰਭਵ ਹੈ? ਉਹ ਹੈ ਜੀ ਬਿਰਖ। ਬਿਰਖ ਮਤਲਬ ਦਰਖਤ ਲਗਾਉਣਾ। ਅਗਲਾ ਹੈ ਜੀ, ਸੁਖਜੋਤ ਦਾ ਧਿਆਨ ਕਿਸ ਗੱਲ ਵੱਲ ਚਲਿਆ ਗਿਆ? ਤਾਂ ਉਹ ਗਿਆ ਜੀ ਖੇਤ ਵਾਲੇ ਨਿੰਮ ਦੇ ਵੱਲ। ਪੱਕ ਕੇ ਡਿੱਗੀਆਂ ਨਿਮੋਲੀਆਂ ਕਿਵੇਂ ਉੱਗ ਪਈਆਂ ਸਨ? ਅਤੇ ਉਹ ਜੀ ਮੀਂਹ ਦੇ ਰੁੱਤ ਵਿੱਚ ਉੱਗ ਪਈਆਂ ਸਨ ਜੀ। ਅਗਲਾ ਹੈ ਜੀ ਆਪਣੇ ਕੋਲ, ਨਿੰਮ ਹੇਠ ਛੋਟੇ ਛੋਟੇ ਕੀ ਉੱਗੇ ਹੋਏ ਸਨ? ਅਤੇ ਨਿੰਮ ਹੇਠ ਛੋਟੇ ਛੋਟੇ ਨਿੰਮ ਉੱਗ ਗਏ ਸਨ। ਦੇਖੋ ਜੀ ਨਿੰਮ ਹੇਠ ਛੋਟੇ ਛੋਟੇ ਨਿੰਮ ਉੱਗ ਗਏ ਸਨ। ਅਤੇ ਆਓ ਜੀ ਅਗਲਾ ਕੁਸ਼ਚਨ ਦੇਖਦੇ ਹਾਂ, ਇਸ ਦੇ ਵਿੱਚ ਆਪਾਂ ਹੁਣ ਨਾਮ ਚੁਣਨਾ ਹੈ ਜੀ। ਇਹ 5 ਕੁਸ਼ਚਨ ਹਨ ਇੱਕ ਇੱਕ ਨੰਬਰ ਦੇ। ਪਹਿਲੇ ਵਿੱਚ ਆਪਣੇ ਕੋਲ ਜੋ ਨਾਮ ਹੈ ਉਹ ਹੈ ਸੁਖਜੋਤ, ਦੂਸਰੇ ਵਿੱਚ ਆਪਣੇ ਕੋਲ ਨਾਮ ਹੈ ਜੀ ਟੈਲੀਵਿਜ਼ਨ, ਤੀਸਰੇ ਵਿੱਚ ਆਪਣੇ ਕੋਲ ਨਾਮ ਹੈ ਹਿੰਮਤ, ਚੌਥੇ ਵਿੱਚ ਆਪਣੇ ਕੋਲ ਨਾਮ ਹੈ ਜੀ ਬਿਰਖ, ਅਤੇ 5ਵੇਂ ਵਿੱਚ ਆਪਣੇ ਕੋਲ ਨਾਮ ਹੈ ਜੀ ਨਿੰਮ। ਅਤੇ ਇਹ ਹੁਣ ਆਪਾਂ ਇਹ 5 ਨੰਬਰ ਦਾ ਵੀ ਕੁਸ਼ਚਨ ਕਰ ਲਿਆ ਹੈ ਜੀ। ਅਤੇ ਆਓ ਅਗਲਾ ਕਰਦੇ ਹਾਂ ਜੀ। ਅਗਲਾ ਹੈ ਜੀ ਆਪਾਂ ਵਿਰੋਧੀ ਸ਼ਬਦ ਲਿਖਣੇ ਹਨ ਜੀ। ਦੇਖੋ ਇਹਨਾਂ ਦੇ ਵਿਰੋਧੀ ਸ਼ਬਦ ਕੀ ਜਾਣਗੇ, ਹੇਠਾਂ, ਧਰਤੀ, ਆਮ, ਉੱਚਾ, ਪਿੰਡ ਅਤੇ ਛੋਟਾ। ਅਤੇ ਇਸ ਨੂੰ ਨਾਮ ਆਪਣੇ ਕੋਲ ਇਸ ਤਰ੍ਹਾਂ ਕਿ ਵਿਰੋਧੀ ਸ਼ਬਦ ਇਸ ਤਰ੍ਹਾਂ ਕਿ ਹੇਠੇ ਦਾ ਆ ਜਾਏਗਾ ਜੀ ਉੱਪਰ, ਧਰਤੀ ਦਾ ਅਸਮਾਨ, ਆਮ ਦਾ ਖਾਸ ਆ ਜਾਏਗਾ, ਉੱਚੇ ਦਾ ਨੀਵਾਂ, ਪਿੰਡ ਦਾ ਸ਼ਹਿਰ ਅਤੇ ਛੋਟੇ ਦਾ ਵੱਡਾ।
ਅਤੇ ਆਹ ਹੁਣ ਵਚਨ ਬਦਲਦੇ ਹਨ ਜੀ, ਅਤੇ ਵਚਨ ਬਦਲ ਕੇ ਦੇਖੋ ਕੀ ਇਹਨਾਂ ਦੇ ਆਂਸਰ ਆ ਜਾਣਗੇ ਆਪਣੇ ਕੋਲ ਜੀ। ਅਤੇ ਇਸ ਨੂੰ ਵਚਨ ਬਦਲੋ ਇਸ ਤਰ੍ਹਾਂ ਹੈ ਜੀ, ਸ਼ਹਿਰ ਦਾ ਸ਼ਹਿਰਾਂ, ਖੇਤ ਦਾ ਖੇਤਾਂ, ਜੰਤੂ ਦਾ ਜੰਤੂਆਂ, ਧਰੁਵ ਦਾ ਧਰੁਵਾਂ, ਨਿਮੋਲੀ ਦਾ ਨਿਮੋਲੀਆਂ ਅਤੇ ਮਿੱਟੀ ਦਾ ਮਿੱਟੀਆਂ। ਅਤੇ ਅਗਲਾ ਹੈ ਜੀ ਮਿਲਾਣ ਕਰੋ, ਦੇਖੋ ਮਿਲਾਣ ਕਿਸ ਤਰ੍ਹਾਂ ਕਰਨਾ ਹੈ। ਆਦਮੀ ਦੇ ਨਾਲ ਆ ਜਾਏਗਾ ਜੀ ਔਰਤ, ਆਦਮੀ ਦੇ ਨਾਲ ਔਰਤ ਮੈਚ ਹੋ ਜਾਏਗੀ ਜੀ। ਛੋਟਾ ਛੋਟੀ, ਸਾਥੀ ਸਾਥਣ। ਅਤੇ ਨੈਕਸਟ ਆਪਣੇ ਕੋਲ ਹੈ ਜੀ ਹੇਠਾਂ ਲਿਖੀਆਂ ਕਾਵੀ ਸਤਰਾਂ ਨੂੰ ਪੂਰਾ ਕਰਨਾ ਹੈ ਜੀ। ਦੋ ਹੈ ਆਪਣੇ ਕੋਲ, ਜਾਂ ਹੈ ਜਾਂ ਇਸ ਨੂੰ ਕਰਨਾ ਹੈ ਜਾਂ ਇਸ ਨੂੰ। ਅਤੇ ਆਪਾਂ ਪਹਿਲੇ ਵਾਲਾ ਕੁਸ਼ਚਨ ਦੇਖਦੇ ਹਾਂ ਕਿ ਪਹਿਲੇ ਵਾਲੇ ਦਾ ਕੀ ਆਂਸਰ ਆਏਗਾ ਜੀ ਆਪਣੇ ਕੋਲ, ਕਿਸ ਤਰ੍ਹਾਂ ਇਸ ਨੂੰ ਆਪਾਂ ਪੂਰਾ ਕਰਨਾ ਹੈ ਜੀ। ਆਪਾਂ ਕਿਸ ਤਰ੍ਹਾਂ ਇਸ ਨੂੰ ਪੂਰਾ ਕਰਨਾ ਹੈ ਜੀ। ਪਹਿਲਾ ਹੈ ਆਪਣੇ ਕੋਲ ਰਲ ਕੇ ਖੇਡਾਂ ਖੇਡਣ ਬੱਚੇ, ਭੋਲੇ ਭਾਲੇ ਦਿਲ ਦੇ ਸੱਚੇ, ਗਲੀਆਂ ਦੇ ਵਿੱਚ ਰੌਲਾ ਪਾਵਣ, ਨਾਲ ਖੁਸ਼ੀ ਦੇ ਹੇਕਾਂ ਲਾਵਣ। ਅਤੇ ਆਓ ਨੈਕਸਟ ਕੁਸ਼ਚਨ ਦੇ, ਇਸ ਨੂੰ ਨੈਕਸਟ ਆਪਣੇ ਕੋਲ ਕੁਸ਼ਚਨ ਨੰਬਰ 9 ਇਸ ਤਰ੍ਹਾਂ ਹੈ ਜੀ। ਹੇਠਾਂ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ 5 ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਉੱਤਰ ਦਿਓ। ਆਪਣੇ ਕੋਲ ਇਹ ਟੋਟਲ 7 ਕੁਸ਼ਚਨ ਹਨ, ਇਹਨਾਂ ਨੇ ਕਿਹਾ ਹੈ 5 ਕਰੋ, ਅਤੇ ਮੈਂ ਤੁਹਾਡੇ ਲਈ 7 ਦੇ 7 ਕੁਸ਼ਚਨ ਕੀਤੇ ਹਨ। ਅਤੇ ਆਓ ਇੱਕ ਇੱਕ ਕਰਕੇ ਇਹਨਾਂ ਦੇ ਆਂਸਰ ਦੇਖਦੇ ਹਾਂ ਕਿ ਕੀ ਇਹਨਾਂ ਦੇ ਆਂਸਰ ਹੋ ਸਕਦੇ ਹਨ। ਪਹਿਲਾ ਕੁਸ਼ਚਨ ਹੈ ਜੀ ਸਰੀਰਕ ਪੱਖੋਂ ਦਾਦੀ ਜੀ ਕਿਸ ਤਰ੍ਹਾਂ ਦੇ ਸਨ। ਅਤੇ ਆਂਸਰ ਲਿਖਣਾ ਹੈ ਸਰੀਰਕ ਪੱਖੋਂ ਦਾਦੀ ਜੀ ਬਹੁਤ ਬੁੱਢੇ, ਛੋਟੇ, ਮਸਾਂ 4 ਕੇ ਅੱਧਾ ਫੁੱਟ ਦੇ ਸਨ। ਅਤੇ ਆਓ ਅਗਲਾ ਕੁਸ਼ਚਨ ਦੇਖਦੇ ਹਾਂ ਜੀ। ਅਗਲਾ ਕੁਸ਼ਚਨ ਹੈ ਜੀ ਘੜੇ ਦੇ ਹੋਰ ਰੂਪ ਕਿਹੜੇ ਕਿਹੜੇ ਹਨ। ਘੜੇ ਦੇ ਹੋਰ ਰੂਪ ਮੱਟ, ਘੜੀਆ, ਸੁਰਾਹੀਆਂ, ਚਾਟੀ, ਚੱਕਰਾ, ਚੱਕਰੀ ਅਤੇ ਤੌੜੀ ਆਦਿ ਹਨ। ਅਤੇ ਆਓ ਨੈਕਸਟ ਕੁਸ਼ਚਨ ਦੇਖਦੇ ਹਾਂ ਜੀ। ਅਗਲਾ ਕੁਸ਼ਚਨ ਹੈ ਜੀ ਮੋਤੀ ਹੈਰਾਨ ਕਿਉਂ ਸੀ। ਮੋਤੀ ਹੈਰਾਨ ਇਸ ਕਰਕੇ ਸੀ ਕਿਉਂਕਿ ਉਸਦੇ ਮਾਲਕ ਨੇ ਉਸਦੀ ਸੰਗਲੀ ਇੱਕ ਨਿੱਕੇ ਲੜਕੇ ਨੂੰ ਫੜਾ ਕੇ ਉਸਨੂੰ ਉਸਦੇ ਨਾਲ ਜਾਣ ਲਈ ਕਿਹਾ ਸੀ। ਸੁਣਵਾਲਾ ਕੁਸ਼ਚਨ ਹੈ ਜੀ ਸਾਉਣ ਦੇ ਮਹੀਨੇ ਕੁੜੀਆਂ ਕੀ ਕਰਦੀਆਂ ਹਨ। ਸਾਉਣ ਦੇ ਮਹੀਨੇ ਕੁੜੀਆਂ, ਕੁਆਰੀਆਂ ਕੁੜੀਆਂ ਵੰਗਾਂ ਚੂੜੀਆਂ ਪਹਿਨਦੀਆਂ ਹਨ, ਮਹਿੰਦੀ ਲਾਉਂਦੀਆਂ ਅਤੇ ਸਿਰ ਉੱਤੇ ਰੰਗਲੀਆਂ ਚੁੰਨੀਆਂ ਲੈਂਦੀਆਂ ਹਨ ਜੀ। ਸੁਣਵਾਲਾ ਕੁਸ਼ਚਨ ਹੈ ਜੀ ਵਿਰਾਸਤੇ ਖਾਲਸਾ ਕਿੱਥੇ ਬਣਿਆ ਹੋਇਆ ਹੈ। ਵਿਰਾਸਤੇ ਖਾਲਸਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬਣਿਆ ਹੋਇਆ ਹੈ ਜੀ। ਸੁਣਵਾਲਾ ਕੁਸ਼ਚਨ ਹੈ ਜੀ ਬੱਚੇ ਵਿਆਹ 'ਤੇ ਜਾਣ ਲਈ ਕਿਵੇਂ ਤਿਆਰ ਹੋ ਗਏ। ਜਦੋਂ ਬੱਚਿਆਂ ਨੂੰ ਮੰਮੀ ਨੇ ਦੱਸਿਆ ਕਿ ਵਿਆਹ 'ਤੇ ਜਾਗੋ ਕੱਢੀ ਜਾਵੇਗੀ ਤਾਂ ਉਹ ਵਿਆਹ 'ਤੇ ਜਾਣ ਲਈ ਤਿਆਰ ਹੋ ਗਿਆ। ਸੁਣਵਾਲਾ ਕੁਸ਼ਚਨ ਹੈ ਜੀ ਕੁੜੀਆਂ ਪਾਰਕ ਵਿੱਚ ਰਾਤ ਵੇਲੇ ਸਾਈਕਲ ਚਲਾਉਣਾ ਕਿਉਂ ਸਿੱਖ ਰਹੀਆਂ ਸਨ। ਕੁੜੀਆਂ ਪਾਰਕ ਵਿੱਚ ਰਾਤ ਵੇਲੇ ਸਾਈਕਲ ਚਲਾਉਣਾ ਇਸ ਲਈ ਸਿੱਖ ਰਹੀਆਂ ਸਨ ਕਿਉਂਕਿ ਉਹਨਾਂ ਨੂੰ ਦਿਨ ਵੇਲੇ ਸੰਗ ਆਉਂਦੀ ਸੀ। ਅਤੇ ਉਸ ਨੂੰ ਨੈਕਸਟ ਦੇਖਦੇ ਹਾਂ ਜੀ। ਨੈਕਸਟ ਆਪਣੇ ਕੋਲ ਹੈ 10ਵਾਂ ਕੁਸ਼ਚਨ ਹੈ ਜੀ ਹੇਠ ਲਿਖਿਆ ਮੁਹਾਵਰਿਆਂ ਵਿੱਚੋਂ ਕਿਸੇ 5 ਦਾ ਵਾਕਾਂ ਵਿੱਚ ਵਰਤਣਾ ਹੈ ਜੀ। ਇਹ ਦੇਖੋ ਮੁਹਾਵਰੇ ਲਿਖੇ ਹੋਏ ਹਨ, ਇਹਨਾਂ ਵਿੱਚੋਂ 5 ਨੂੰ ਆਪਾਂ ਵਾਕਾਂ ਦੇ ਵਿੱਚ ਵਰਤ। ਪਹਿਲਾ ਮੁਹਾਵਰਾ ਹੈ ਚਾਦਰ ਦੇਖ ਕੇ ਪੈਰ ਪਸਾਰਨੇ, ਆਮਦਨ ਅਨੁਸਾਰ ਖਰਚ ਕਰਨਾ। ਤੁਹਾਨੂੰ ਬਾਜ਼ਾਰ ਵਿੱਚੋਂ ਸਮਾਨ ਖਰੀਦਦੇ ਸਮੇਂ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ ਅਤੇ ਫਜ਼ੂਲ ਖਰਚ ਤੋਂ ਬਚਣਾ ਚਾਹੀਦਾ ਹੈ ਜੀ। ਅਗਲਾ ਹੈ ਜੀ ਆਪਣੇ ਕੋਲ ਟਕੇ ਵਰਗਾ ਜਵਾਬ ਦੇਣਾ, ਸਿੱਧੀ ਨਾ ਕਰਨੀ। ਜਦ ਮੈਂ ਪਿਆਰੇ ਤੋਂ ਉਸਦੀ ਕਿਤਾਬ ਮੰਗੀ ਤਾਂ ਉਸਨੇ ਟਕੇ ਵਰਗਾ ਜਵਾਬ ਦੇ ਦਿੱਤਾ। ਅਗਲਾ ਆਪਣੇ ਕੋਲ ਹੈ ਜੀ ਤੱਤੀ ਵਾਹ ਨਾ ਲੱਗਣੀ, ਕੋਈ ਦੁੱਖ ਨਾ ਹੋਣਾ।
ਜਿਨ੍ਹਾਂ ਦੇ ਸਿਰ 'ਤੇ ਪਰਮਾਤਮਾ ਦਾ ਹੱਥ ਹੋਵੇ ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਦੀ। ਤੀਰ ਹੋ ਜਾਣਾ, ਦੌੜ ਜਾਣਾ। ਜਦ ਪੁਲਿਸ ਨੇ ਛਾਪਾ ਮਾਰਿਆ ਤਾਂ ਸਭ ਜੁਆਰੀਏ ਤੀਰ ਹੋ ਗਏ, ਇੱਕ ਵੀ ਹੱਥ ਨਹੀਂ ਆਇਆ। ਅਗਲਾ ਹੈ ਜੀ ਆਪਣੇ ਕੋ, ਥੁੱਕ ਕੇ ਚੱਟਣਾ, ਕੀਤੇ ਇਕਰਾਰ ਤੋਂ ਮੁੱਕਰ ਜਾਣਾ। ਥੁੱਕ ਕੇ ਚੱਟਣਾ ਇੱਜ਼ਤ ਵਾਲੇ ਲੋਕਾਂ ਦਾ ਕੰਮ ਨਹੀਂ ਹੈ, ਇਸ ਤਰ੍ਹਾਂ ਦੇ ਬੰਦੇ ਦਾ ਇਤਬਾਰ ਜਾਂਦਾ ਰਹਿੰਦਾ ਹੈ ਜੀ। ਅਤੇ ਆਓ ਸੁਣ ਆਪਾਂ ਨੈਕਸਟ ਦੇਖਦੇ ਹਾਂ ਜੀ। ਸੋ ਅਗਲਾ ਕੁਸ਼ਚਨ ਹੈ ਜੀ, ਸੁਰਜੀਤ ਕੋਲ ਇੱਕ ਕਾਰ ਹੈ, ਵਾਕ ਵਿੱਚ ਨਾਮ ਚੁਣਨਾ ਹੈ, ਅਤੇ ਨਾਮ ਇੱਥੇ ਆ ਜਾਏਗਾ ਸੁਰਜੀਤ। ਅਤੇ ਆਓ ਅਗਲਾ ਦੇਖਦੇ ਹਾਂ, ਹੇਠ ਲਿਖਿਆਂ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ 'ਤੇ ਲੇਖ ਲਿਖਣਾ ਹੈ, ਅਤੇ ਤੁਹਾਡੇ ਲਈ ਇਹ ਦੇਖੋ ਆਪਣੇ ਕੋਲ ਪੰਜ ਹਨ, ਪੰਜਾਂ ਲੇਖਾਂ ਵਿੱਚੋਂ ਇੱਕ ਲੇਖ ਲਿਖਣਾ ਹੈ, ਅਤੇ ਮੈਂ ਹੁਣ ਤੁਹਾਡੇ ਲਈ ਲੇਖ ਲਿਖ ਰਿਹਾ ਜੀ ਮੇਰੇ ਮਾਤਾ ਜੀ 'ਤੇ। ਆਪਾਂ ਲੇਖ ਪੜ੍ਹਦੇ ਹਾਂ ਕਿ ਇਸ ਦਾ ਆਂਸਰ ਆਏਗਾ ਜੀ। ਤੁਸੀਂ ਕੋਈ ਵੀ ਇਹਨਾਂ ਵਿੱਚੋਂ ਆਪਣੀ ਬੁੱਕ ਦੇ ਵਿੱਚੋਂ ਯਾਦ ਕਰ ਸਕਦੇ ਹੋ। ਹੁਣ ਲੇਖ ਪੜ੍ਹਦੇ ਹਾਂ ਜੀ। ਮੇਰੇ ਮਾਤਾ ਜੀ, ਸੰਸਾਰ ਭਰ ਦੇ ਚਿੰਤਕਾਂ ਨੇ ਮੇਰੀ ਮਾਂ ਦੀ ਮਹਿਮਾ ਗਾਈ ਹੈ। ਮਾਂ ਦਾ ਰਿਸ਼ਤਾ ਸਭ ਤੋਂ ਪਵਿੱਤਰ ਅਤੇ ਉੱਚਾ ਸੁੱਚਾ ਹੈ। ਮਾਂ ਉਹ ਹੈ ਜੋ ਬੱਚੇ ਨੂੰ ਜਨਮ ਦਿੰਦੀ ਹੈ, ਪਾਲਦੀ ਹੈ, ਤੁਰਨਾ ਅਤੇ ਬੋਲਣਾ ਸਿਖਾਉਂਦੀ ਹੈ। ਮਾਂ ਹੀ ਪਹਿਲਾ ਅਧਿਆਪਕ ਬਣ ਕੇ ਬੱਚੇ ਨੂੰ ਸੰਸਾਰ ਵਿੱਚ ਜਿਉਣ ਦੇ ਯੋਗ ਬਣਾਉਂਦੀ ਹੈ। ਮੇਰੇ ਮਾਤਾ ਜੀ ਵੀ ਮੈਨੂੰ ਬਹੁਤ ਪਿਆਰ ਕਰਦੇ ਹਨ। ਉਹਨਾਂ ਦਾ ਨਾਂ ਸ਼੍ਰੀਮਤੀ, ਇੱਥੇ ਆਪਣੀ ਮਾਤਾ ਤੁਸੀਂ ਨਾਮ ਲਿਖ ਲੈਣਾ ਹੈ, ਉਹਨਾਂ ਦੀ ਉਮਰ ਲਿਖ ਲੈਣੀ ਹੈ, ਅਤੇ ਉਹ ਡੈਸ਼ ਪਾਸ ਹਨ, ਕਿੰਨੀਆਂ ਉਹਨਾਂ ਨੇ ਪੜ੍ਹਿਆ ਹਨ, 10ਵੀਂ 12ਵੀਂ ਜੋ ਵੀ ਉਹਨਾਂ ਨੇ ਕੀਤੀ ਉੱਥੇ ਲਿਖ ਦੇਣੀ ਹੈ ਜੀ। ਅਤੇ ਉਹ ਇੱਕ ਘਰੇਲੂ ਔਰਤ ਹਨ। ਉਹ ਸਵੇਰੇ ਜਲਦੀ ਉੱਠਦੇ ਹਨ, ਉਹ ਸਵੇਰ ਅਤੇ ਸ਼ਾਮ ਨੂੰ ਪੂਜਾ ਪਾਠ ਕਰਦੇ ਹਨ। ਉਹ ਸਾਦੇ ਅਤੇ ਸਾਫ਼ ਸੁਥਰੇ ਕੱਪੜੇ ਪਹਿਨਦੇ ਹਨ। ਉਹਨਾਂ ਨੂੰ ਖਾਣਾ ਬਣਾਉਣ ਦਾ ਬਹੁਤ ਸ਼ੌਕ ਹੈ। ਉਹ ਸਾਨੂੰ ਨਵੇਂ ਨਵੇਂ ਖਾਣੇ ਬਣਾ ਕੇ ਖਵਾਉਂਦੇ ਹਨ। ਉਹ ਘਰ ਦਾ ਸਾਰਾ ਕੰਮ ਆਪ ਕਰਦੇ ਹਨ। ਉਹ ਬਹੁਤ ਸਫਾਈ ਪਸੰਦ ਹਨ। ਉਹ ਸਦਾ ਕੰਮ ਵਿੱਚ ਜੁਟੇ ਰਹਿੰਦੇ ਹਨ। ਉਹਨਾਂ ਦਾ ਸੁਭਾਅ ਬਹੁਤ ਚੰਗਾ ਹੈ। ਉਹ ਸਦਾ ਖੁਸ਼ ਰਹਿੰਦੇ ਹਨ। ਉਹਨਾਂ ਦੇ ਚਿਹਰੇ ਉੱਤੇ ਅਨੋਖੀ ਚਮਕ ਅਤੇ ਖਿੱਚ ਕਾਇਮ ਰਹਿੰਦੀ ਹੈ। ਉਹ ਸਾਨੂੰ ਸਭ ਨੂੰ ਬਹੁਤ ਪਿਆਰ ਕਰਦੇ ਹਨ। ਅਸੀਂ ਸਭ ਉਹਨਾਂ ਨੂੰ ਬਹੁਤ ਹੀ ਸਤਿਕਾਰ ਕਰਦੇ ਹਨ। ਗਲੀ ਗੁਆਂਢ ਵਿੱਚ ਉਹਨਾਂ ਦਾ ਬਹੁਤ ਸਤਿਕਾਰ ਹੈ। ਲੋਕ ਆਪਣੇ ਘਰਾਂ ਦੇ ਕੰਮਾਂ ਵਿੱਚ ਉਹਨਾਂ ਦੀ ਸਲਾਹ ਲੈਂਦੇ ਹਨ। ਉਹ ਕਦੇ ਵੀ ਕਿਸੇ ਨਾਲ ਕੌੜਾ ਨਹੀਂ ਬੋਲਦੇ ਹਨ। ਉਹ ਕਦੇ ਮੁਸ਼ਕਲ ਵਿੱਚ ਘਬਰਾਉਂਦੇ ਨਹੀਂ ਹਨ। ਮੇਰੇ ਮਾਤਾ ਜੀ ਨੂੰ ਬਾਗਬਾਨੀ ਦਾ ਬਹੁਤ ਸ਼ੌਂਕ ਹੈ। ਉਹਨਾਂ ਨੇ ਘਰ ਦੀ ਬਗੀਚੀ ਵਿੱਚ ਸੁੰਦਰ ਫੁੱਲਾਂ ਅਤੇ ਸਬਜ਼ੀਆਂ ਦੇ ਬੂਟੇ ਲਾਏ ਹੋਏ ਹਨ। ਮੇਰੇ ਮਾਤਾ ਜੀ ਅਤੇ ਮੇਰੀ ਛੋਟੀ ਭੈਣ ਦੀ ਸਿਹਤ ਅਤੇ ਪੜ੍ਹਾਈ ਦਾ ਬਹੁਤ ਖਿਆਲ ਰੱਖਦੇ ਹਨ। ਮੈਂ ਉਹਨੂੰ ਆਪਣੇ ਮਾਤਾ ਜੀ 'ਤੇ ਮਾਣ ਹੈ। ਪਰਮਾਤਮਾ ਉਹਨਾਂ ਨੂੰ ਹਮੇਸ਼ਾ ਨਿਰੋਗ ਰੱਖੇ ਅਤੇ ਉਹਨਾਂ ਦੀ ਉਮਰ ਲੰਬੀ ਕਰੇ। ਇਹਨਾਂ ਵਿੱਚੋਂ ਸਾਰਾ ਲਿਖਣ ਦੀ ਜ਼ਰੂਰਤ ਨਹੀਂ ਹੈ। ਜੋ ਲਾਈਨਾਂ ਤੁਹਾਨੂੰ ਈਜ਼ੀ ਲੱਗਦੀਆਂ ਹਨ ਉਹਨਾਂ ਵਿੱਚੋਂ ਤੁਸੀਂ ਉਹ ਲਾਈਨਾਂ ਪਿੱਕ ਕਰਕੇ ਲਿਖ ਸਕਦੇ ਹੋ ਜੀ। ਅਤੇ ਆਓ ਹੁਣ ਆਪਾਂ ਅਗਲਾ ਕੁਸ਼ਚਨ ਦੇਖਦੇ ਹਾਂ ਜੀ। ਆਪਣੇ ਕੋਲ ਹੈ ਜੀ, ਹੇਠਾਂ ਲਿਖੇ ਵਿਨੇ ਪੱਤਰ ਜਾਂ ਵਿਨੇ ਪੱਤਰ ਦੇ ਵਿੱਚ ਕਿਸੇ ਇੱਕ ਨੂੰ ਲਿਖਣਾ ਹੈ ਜੀ। ਦੋ ਦਿੱਤੇ ਹੋਏ ਹਨ ਅਤੇ ਇਸ ਦੇ ਵਿੱਚ ਆਪਾਂ ਲਿਖਣ ਜਾ ਰਹੇ ਹਾਂ ਆਪਣੇ ਸਕੂਲ ਮੁੱਖ ਅਧਿਆਪਕ ਨੂੰ ਜ਼ਰੂਰੀ ਕੰਮ ਲਈ ਵਿਨੇ ਪੱਤਰ ਲਿਖਣਾ ਹੈ। ਅਤੇ ਇਹ ਦੋ ਕਹਾਣੀਆਂ ਦੇ ਵਿੱਚੋਂ ਵੀ ਆਪਸ਼ਨ ਹੈ, ਜਾਂ ਹੈ, ਅਤੇ ਆਪਾਂ ਇਸ ਲੈਟਰ ਨੂੰ ਹੀ ਲਿਖਣਾ ਹੈ। ਕਹਾਣੀ ਅਤੇ ਲੈਟਰ ਦੇ ਵਿੱਚ ਆਪਸ਼ਨ ਹੈ। ਅਤੇ ਆਓ ਦੇਖਦੇ ਹਾਂ ਕਿਸ ਦਾ ਆਪਣੇ ਕੋਲ ਕੀ ਆਂਸਰ ਹੋ ਸਕਦਾ ਹੈ। ਦੇਖੋ ਜੀ, ਜ਼ਰੂਰੀ ਕੰਮ ਦੀ ਛੁੱਟੀ ਲਈ ਸਕੂਲ ਮੁਖੀ ਨੂੰ ਪੱਤਰ। ਸੇਵਾ ਵਿਖੇ ਮੁੱਖ ਅਧਿਆਪਕ ਜੀ, ਸਰਕਾਰੀ ਹਾਈ ਸਕੂਲ, ਜੋ ਵੀ ਤੁਹਾਡੇ ਸਕੂਲ ਦਾ ਨਾਮ ਹੈ, ਤੁਸੀਂ ਸਕੂਲ ਦਾ ਨਾਮ ਇੱਥੇ ਲਿਖ ਲੈਣਾ ਹੈ। ਮਿਡਲ ਸਕੂਲ ਅਤੇ ਮਿਡਲ ਸਕੂਲ, ਹਾਈ ਅਤੇ ਹਾਈ, ਸੀਨੀਅਰ ਸੈਕੈਂਡਰੀ ਅਤੇ ਸੀਨੀਅਰ ਸੈਕੈਂਡਰੀ ਲਿਖ ਕੇ ਇੱਥੇ ਸ਼ਹਿਰ ਦਾ ਨਾਮ ਲਿਖ ਲੈਣਾ ਹੈ। ਸ਼੍ਰੀਮਾਨ ਜੀ, ਸਿਨੇਮਰ ਬੇਨਤੀ ਹੈ ਕਿ ਮੈਨੂੰ ਘਰ ਦੇ ਵਿੱਚ ਜ਼ਰੂਰੀ ਕੰਮ ਪੈ ਗਿਆ ਹੈ, ਇਸ ਕਰਕੇ ਮੈਂ ਅੱਜ ਸਕੂਲ ਵਿੱਚ ਹਾਜ਼ਰ ਨਹੀਂ ਹੋ ਸਕਦਾ। ਆਪ ਜੀ ਨੂੰ ਬੇਨਤੀ ਹੈ ਕਿ ਮੈਨੂੰ ਇੱਕ ਦਿਨ ਦੀ ਛੁੱਟੀ ਦਿੱਤੀ ਜਾਵੇ। ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ। ਆਪ ਜੀ ਦਾ ਵਿਸ਼ਵਾਸ ਪਾਤਰ, ਜੋ ਵੀ ਇੱਥੇ ਨਾਮ ਹੈ, ਨਾਮ ਲਿਖ ਲੈਣਾ ਹੈ, ਕਲਾਸ ਲਿਖ ਲੈਣੀ ਹੈ, ਰੋਲ ਨੰਬਰ, ਅਤੇ ਇਸ ਜਗ੍ਹਾ ਤੁਸੀਂ ਮਿਤੀ ਪਾ ਦੇਣੀ ਹੈ ਜੀ।
ਅਤੇ ਆਹ ਹੁਣ ਆਪਾਂ ਨੈਕਸਟ ਕੁਸ਼ਚਨ ਦੇਖਦੇ ਹਾਂ। ਨੈਕਸਟ ਆਪਣੇ ਕੋਲ ਹੈ ਜੀ ਅੱਠ ਸਾਰਥਕ ਸ਼ਬਦ ਚੁਣਨੇ ਹਨ ਜੀ, ਅਤੇ ਇਹਨਾਂ ਵਿੱਚ ਦੇਖੋ ਆਪਾਂ ਅੱਠ ਦੇਖਦੇ ਹਾਂ ਕਿਹੜੇ ਕਿਹੜੇ ਆਪਣੇ ਕੋਲ ਸ਼ਬਦ ਆ ਸਕਦੇ ਹਨ ਜੀ। ਇਹ ਦੇਖੋ ਜੀ, ਇੱਕ ਆਪਣੇ ਕੋਲ ਆ ਜਾਏਗਾ ਇੱਥੇ ਰਾਜ, ਖਾਸ, ਗੱਭਰੂ, ਨਰ, ਲਾਲ, ਮਾਸ, ਕਲਮ, ਕੜੀ, ਅਤੇ ਇਹ ਆਪਣੇ ਕੋਲ ਦੇਖੋ ਟੋਟਲ ਅੱਠ ਹੋ ਗਏ ਹਨ। ਜੋ ਤੁਹਾਨੂੰ ਹੋਰ ਕੋਈ ਮਿਲਦੇ ਹਨ ਤਾਂ ਤੁਸੀਂ ਹੋਰ ਵੀ ਲਿਖ ਸਕਦੇ ਹੋ, ਅਤੇ ਨਾਲ ਨਾਲ ਇਹ ਲਿਖ ਵੀ ਦੇਣੀ ਇੱਥੇ, ਜਿਸ ਤਰ੍ਹਾਂ ਇੱਕ ਸਾਈਡ 'ਤੇ ਪੇਪਰ ਦੇ ਵਿੱਚ ਕੁਸ਼ਚਨ ਨੰਬਰ ਇਸ ਤਰ੍ਹਾਂ 14 ਲਿਖ ਕੇ ਤੁਸੀਂ ਲਿਖ ਦੇਣਾ। ਇਸ ਤਰ੍ਹਾਂ ਪਹਿਲਾ ਸ਼ਬਦ ਤੁਸੀਂ ਲੱਭਿਆ ਜਿਹੜਾ ਹੈ ਖਾਸ, ਉਹ ਇਸ ਤਰ੍ਹਾਂ ਲਿਖ ਦੇਣਾ ਹੈ। ਦੂਸਰੇ ਨੰਬਰ 'ਤੇ ਪਹਿਲਾ ਸ਼ਬਦ, ਫਿਰ ਦੂਸਰਾ ਸ਼ਬਦ ਹੈ ਜੀ ਆਪਣੇ ਕੋਲ ਰਾਜ। ਇਸ ਤਰ੍ਹਾਂ ਤੁਸੀਂ ਅੱਠ ਦੇ ਅੱਠ ਸ਼ਬਦ ਉੱਥੇ ਲਿਖ ਦੇਣੇ ਹਨ ਜੀ। ਅਤੇ ਉਸ ਨੂੰ ਹੁਣ ਆਪਾਂ ਲਾਸਟ ਕੁਸ਼ਚਨ ਦੇਖਦੇ ਹਾਂ। ਲਾਸਟ ਆਪਣੇ ਕੋਲ ਹੈ ਜੀ ਪੜਨਾਮ ਕਿਸ ਨੂੰ ਕਹਿੰਦੇ ਹਨ ਜਾਂ ਨਾਮ ਕਿਸ ਨੂੰ ਕਹਿੰਦੇ ਹਨ, ਅਤੇ ਤੁਹਾਡੇ ਲਈ ਮੈਂ ਇਹ ਵਾਲਾ ਕੁਸ਼ਚਨ ਕੀਤਾ ਹੈ ਨਾਮ ਕਿਸ ਨੂੰ ਕਹਿੰਦੇ ਹਨ ਉਸਦੀਆਂ ਕਿਸਮਾਂ, ਅਤੇ ਆਪਣੇ ਕੋਲ 3 ਨੰਬਰ ਦਾ ਹੈ ਜੀ। ਵਿਦਿਆਰਥੀ ਅੱਗੇ ਚੱਲਣ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਹੈ ਜੀ। ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦੇਣਾ ਹੈ, ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰਕੇ ਜੋ ਆਲ ਦਾ ਨੋਟੀਫਿਕੇਸ਼ਨ ਉਸ ਨੂੰ ਜ਼ਰੂਰ ਆਨ ਕਰ ਲੈਣਾ ਹੈ ਜੀ। ਅਤੇ ਆਹ ਹੁਣ ਆਪਾਂ ਲਾਸਟ ਕੁਸ਼ਚਨ ਨਾਮ ਕਿਸ ਨੂੰ ਕਹਿੰਦੇ ਹਨ ਇਹ ਕੁਸ਼ਚਨ ਦੇਖਦੇ ਹਾਂ। ਅਤੇ ਇਸ ਨੂੰ ਦੇਖੋ ਇਸਦਾ ਆਨਸਰ ਕਿਸ ਤਰ੍ਹਾਂ ਲਿਖਣਾ ਹੈ ਜੀ। ਕਿਸੇ ਵਿਅਕਤੀ, ਜੀਵ ਜਾਂ ਵਸਤੂ, ਹਾਲਾਤ, ਗੁਣ, ਭਾਵ ਆਦਿ ਲਈ ਵਰਤੇ ਜਾਂਦੇ ਸ਼ਬਦਾਂ ਨੂੰ ਨਾਮ ਕਿਹਾ ਜਾਂਦਾ ਹੈ, ਜਿਵੇਂ ਰਸੋਈ, ਇਲਾਇਚੀ, ਕੰਬੂਚੂਰ ਐਕਸੈਟਰਾ, ਅੰਬਚੂਰ ਐਕਸੈਟਰਾ। ਨਾਮ 5 ਪ੍ਰਕਾਰ ਦੇ ਹੁੰਦੇ ਹਨ ਜੀ, ਆਮ ਨਾਮ, ਜਾਤੀਵਾਚਕ ਨਾਮ, ਖਾਸ ਨਾਮ, ਇਕੱਠਵਾਚਕ ਨਾਮ, ਭਾਵਵਾਚਕ ਨਾਮ ਅਤੇ ਪਦਾਰਥਵਾਚਕ ਨਾਮ। ਅਤੇ ਇਹ ਆਮ ਨਾਮ ਜਾਂ ਜਾਤੀਵਾਚਕ ਨਾਮ ਜਿਹੜੇ ਸ਼ਬਦ ਕਿਸੇ ਜਾਤੀ ਦੀ ਹਰ ਇੱਕ ਵਸਤੂ ਲਈ ਸਾਂਝੇ ਤੌਰ 'ਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਆਮ ਨਾਮ ਕਿਹਾ ਜਾਂਦਾ ਹੈ, ਜਿੱਦਾਂ ਦੇਸ਼, ਮੁੰਡਾ, ਪਿੰਡ, ਸ਼ਹਿਰ ਆਦਿ। ਖਾਸ ਨਾਮ ਜਿਹੜੇ ਸ਼ਬਦ ਕਿਸੇ ਖਾਸ ਵਿਅਕਤੀ, ਵਸਤੂ ਜਾਂ ਸਥਾਨ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਖਾਸ ਨਾਮ ਕਿਹਾ ਜਾਂਦਾ ਹੈ ਜੀ। ਜਿਵੇਂ ਕਿ ਭਾਰਤ, ਫਰੀਦਕੋਟ, ਹਰਿਮੰਦਰ ਸਾਹਿਬ ਆਦਿ। ਇਕੱਠਵਾਚਕ ਨਾਮ ਜੋ ਸ਼ਬਦ ਗਿਣਨਯੋਗ ਵਸਤੂਆਂ ਦੇ ਇਕੱਠ ਲਈ ਵਰਤੇ ਜਾਣ ਉਹਨਾਂ ਨੂੰ ਇਕੱਠਵਾਚਕ ਨਾਮ ਕਿਹਾ ਜਾਂਦਾ ਹੈ, ਜਿਵੇਂ ਕਿ ਫੌਜ, ਜਮਾਤ, ਸਭਾ। ਵਸਤੂਵਾਚਕ ਨਾਮ ਜਿਹੜੇ ਸ਼ਬਦਾਂ ਤੋਂ ਤੋਲਣ, ਮੀਨਣ ਜਾਂ ਮਾਪੀਆਂ ਜਾਣ ਵਾਲੀਆਂ ਵਸਤੂਆਂ ਦੇ ਨਾਮ ਦਾ ਬੋਧ ਹੋਵੇ ਉਹਨਾਂ ਨੂੰ ਵਸਤੂਵਾਚਕ ਨਾਮ ਆਖਿਆ ਜਾਂਦਾ ਹੈ, ਜਿਸ ਤਰ੍ਹਾਂ ਪਾਣੀ, ਤੇਲ, ਸੋਨਾ, ਚਾਂਦੀ ਆਦਿ। ਭਾਵਵਾਚਕ ਨਾਮ ਜਿਹੜੇ ਸ਼ਬਦਾਂ ਤੋਂ ਕਿਸੇ ਭਾਵ, ਗੁਣ ਜਾਂ ਹਾਲਾਤ ਆਦਿ ਦਾ ਗਿਆਨ ਹੋਵੇ ਉਹਨਾਂ ਨੂੰ ਭਾਵਵਾਚਕ ਨਾਮ ਆਖਿਆ ਜਾਂਦਾ ਹੈ, ਜਿਵੇਂ ਹਾਸਾ, ਰੋਣਾ, ਸ਼ਰਧਾ, ਸੱਚ, ਖੁਸ਼ੀ, ਗਮੀ, ਪਿਆਰ ਆਦਿ। ਹੋਪ ਹੈ ਕਿ ਸੁਣ ਤੁਹਾਨੂੰ ਜੋ ਸਾਰੇ ਕੁਸ਼ਚਨ ਕਰਵਾਏ ਹਨ ਅੱਛੀ ਤਰ੍ਹਾਂ ਸਮਝ ਲੱਗ ਗਏ ਹੋਣਗੇ। ਜੇਕਰ ਵੀਡੀਓ ਤੁਹਾਨੂੰ ਅੱਛੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅਤੇ ਬੈੱਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਦੇਣਾ। ਧੰਨਵਾਦ।